Assalamu alaikum ji, main tohada apna host baba ji, save historical places of Pakistan, save gurdwaras and temples of Pakistan. Khalsa Raj footsteps in Pakistan. Khalsa Raj footsteps nu leke aaj main pahuncha hua pind Budhoke. Budhoke agar tusi Lahore ton tusi south wale passe aande ho Multan road de utte Chhanga Manga jungle de kol east wali side de utte hardly 2 to 3 km de faasle de utte ek gaon hai Budhoke. ਇੱਥੇ ਸਿਰਫ ਇੱਕ ਸਿੱਖਾਂ ਦਾ ਪਿੰਡ ਨਹੀਂ ਸੀ, 12 ਪਿੰਡ ਇਕੱਠੇ ਸਨ ਸਿੱਖਾਂ ਦੇ, ਜਿਨ੍ਹਾਂ ਦੇ ਨਾਮ ਜਿਹੜੇ ਨੇ ਉਹ ਕੁਛ ਇਸ ਤਰ੍ਹਾਂ ਸਨ: ਮੌਜੋਕੀ, ਗੱਜਨ ਸਿੰਘ, ਵੀਰ ਸਿੰਘ, ਮੁਕਾਮ, ਟਿੱਬੀ ਦਿਆਲ ਸਿੰਘ, ਬਾਗੋ ਔਰ ਬੁੱਧੋਕੇ ਔਰ ਗੜਾਵਾਂਵਾਲਾ, ਬਾਲ ਸਿੰਘ ਕੋਟ ਔਰ ਰਾਣਾ ਸਿੰਘ, ਬੋੜ ਸਿੰਘ ਅਤੇ ਗਰੋਮ ਸਿੰਘ. ਮੇਰੇ ਸਾਹਮਣੇ ਅੱਜ ਬੈਠੇ ਹੋਏ ਨੇ ਮੁਹੰਮਦ ਬਸ਼ੀਰ ਜੀ ਔਰ ਇਹਨਾਂ ਦੇ ਵਾਲਦ ਦਾ ਨਾਮ ਸੀ ਮੁਹੰਮਦੀਨ ਉਰਫ ਗੰਡੂ. ਅਤੇ ਇਹ ਮੈਂ ਇਹਨਾਂ ਨਾਲ ਅੱਜ ਗੱਲ ਕਰਨ ਜਾ ਰਿਹਾ ਵਾਂ ਸਰਦਾਰ ਬੂਟਾ ਸਿੰਘ ਜੀ ਬਾਰੇ. ਸਰਦਾਰ ਬੂਟਾ ਸਿੰਘ ਜੀ ਔਰ ਉਹਨਾਂ ਦੇ ਜਿਹੜੇ ਬੇਟੇ ਸਨ ਅੱਗੋਂ ਦਲੀਪ ਸਿੰਘ ਔਰ ਜਗੀਰ ਸਿੰਘ. ਤੁਸੀਂ ਜਗੀਰ ਸਿੰਘ ਬਾਰੇ ਸਾਨੂੰ ਕੁਛ ਦੱਸੋ ਕਿ ਵੀ ਜਗੀਰ ਸਿੰਘ ਜਿਹੜਾ ਸੀ ਜੀ, ਜੰਗੀਰ ਸਿੰਘ ਬਾਰੇ ਤੁਸੀਂ ਮੈਨੂੰ ਦੱਸੋ. ਤੁਸੀਂ ਕਹਿ ਰਹੇ ਸੀ ਨਾ ਕਿ ਜੰਗੀਰ ਸਿੰਘ ਦਾ ਮੈਂ ਘਰ ਦੇਖਿਆ ਇੱਥੇ ਸਾਰਾ ਕੁਛ ਜਿਹੜਾ ਉਹਨਾਂ ਬਾਰੇ ਕੁਛ ਦੱਸੋ. ਜੰਗੀਰ ਸਿੰਘ ਬਾਰੇ ਦੱਸੋ. ਜੰਗੀਰ ਚ ਬਹੁਤ ਬੰਦਾ ਅੱਛਾ ਸੀ, ਬਹੁਤ ਅੱਛਾ ਸੀ ਜੀ ਜੀ. ਇੰਨੀ ਮੀ ਸਿਫਤ ਕਰ ਗਈ ਉਹਨੀ ਥੋੜੀ ਸਹੀ ਜੀ. ਔਰ ਉਹਨਾਂ ਦੀ ਇੱਥੇ ਕਿੰਨੀ ਜ਼ਮੀਨ ਸੀ? ਇਹ ਤੋਂ ਬੰਦੇ ਫੜ ਤੇ ਲੈ ਗਿਆ ਥਾਣੇਦਾਰ ਦੀ ਵੀ ਜੀ. ਉਹ ਵਾਂਢੇ ਗਿਆ ਸੀ ਅਤੇ ਆਇਆ ਅਤੇ ਤਰਈਏ ਜਗਿੰਦਰ ਸਿੰਘ ਨੂੰ ਮਾਰ ਅਤੇ ਗਾਲਾਂ ਕੱਢਣ ਲੱਗ ਪਿਆ. ਤੇਰੇ ਪਿੰਡੋਂ ਬੰਦੇ ਅਗਾਂਹ ਗਏ ਚਲੇ, ਉਸ ਵੇਲੇ ਲਗਾ ਗਿਆ ਉਹਨੇ ਬੰਦਿਆਂ ਨੂੰ ਉਠਵਾਇਆ, ਜੇ ਇਹਨੂੰ ਕੰਮ ਹੋਵੇ ਤਾਂ ਉੱਥੇ ਕੋਠੀ ਆ ਜਾਵੇ. ਸਹੀ, ਉਸ ਵੇਲੇ ਲੈ ਕੇ ਆ ਗਿਆ. ਅੱਛਾ, ਬੰਦਾ ਲੈ ਆਇਆ ਨਾ ਨਾਲ? ਪਿੰਡ ਦਾ ਬੰਦਾ ਸੀ? ਬਿਲਕੁਲ. ਕੌਣ ਸੀ ਉਹ ਪਿੰਡ ਦਾ ਬੰਦਾ, ਕੋਈ ਯਾਦ ਹੈ ਤੁਹਾਨੂੰ? ਪਿੰਡ ਦਾ ਬੰਦਾ ਕੌਣ ਸੀ ਯਾਦ ਹੈ? ਮੈਂ ਕਿਹਾ ਬੰਦੇ ਇੱਥੋਂ ਪਿੰਡ ਦੇ ਸੀ. ਠੀਕ ਹੈ ਜੀ. ਅੱਗੋਂ ਜਗੀਰ ਸਿੰਘ ਜਿਹੜੇ ਸੀ ਉਹਨਾਂ ਦੇ ਚਾਰ ਬੱਚੇ ਸਨ. ਬੇਟੀ ਸੀ ਉਹਨਾਂ ਦੀ ਇਕਬਾਲ ਕੌਰ ਔਰ ਤਿੰਨ ਬੇਟੇ ਸਨ ਚਰਨਜੀਤ ਸਿੰਘ, ਮਹਿੰਦਰ ਸਿੰਘ ਔਰ ਤੀਸਰਾ ਬੇਟਾ ਸੀ ਜੀ ਬਲਵਿੰਦਰ ਸਿੰਘ ਜੀ. ਬਲਵਿੰਦਰ ਸਿੰਘ ਜੀ ਜਿਹੜੇ ਨੇ ਉਹ ਮੇਰੇ ਦੋਸਤ ਜਿਹੜੇ ਨੇ ਸਰਦਾਰ ਪ੍ਰੀਤ ਇੰਦਰ ਸਿੰਘ ਸਿੱਧੂ ਜੀ ਦੇ ਫਾਦਰ ਨੇ ਔਰ ਉਹਨਾਂ ਦੇ ਗ੍ਰੈਂਡ ਫਾਦਰ ਜਿਹੜੇ ਸਨ ਜਗੀਰ ਸਿੰਘ, ਉਹਨਾਂ ਦੇ ਗ੍ਰੈਂਡ ਫਾਦਰ ਜਿਹੜੇ ਅੱਗੋਂ ਸਨ ਉਹ ਸਨ ਸਰਦਾਰ ਬੂਟਾ ਸਿੰਘ. ਸਰਦਾਰ ਬੂਟਾ ਸਿੰਘ ਜੀ ਦੇ ਬਾਰੇ ਦੇ ਵਿੱਚ ਦੱਸ ਰਹੇ ਨੇ ਕਿ ਉਹਨਾਂ ਦੀ ਸਮਾਧ ਜਿਹੜੀ ਹੈ ਪਿੰਡੋਂ ਵਾਰ ਵਾਰ ਹੁੰਦੀ ਹੁੰਦੀ ਸੀ. ਉਹਨਾਂ ਦੀ ਸਮਾਧ ਤੁਸੀਂ ਆਪਣੀ ਹੋਸ਼ 'ਚ ਦੇਖੀ ਸਰਦਾਰ ਬੂਟਾ ਸਿੰਘ ਜੀ ਦੀ? ਕਿੱਥੇ ਕਰ ਗਏ ਸੀ ਪਿੰਡ ਦੇ ਵਿੱਚ? ਪਿੰਡ ਦੇ ਨਾਲ ਹੀ ਭਰਾਉਣ ਤੋਂ ਉੱਥੇ ਵਾਧੀ ਹੋ ਗਈ. ਅੱਛਾ, ਉੱਥੇ ਵਾਧੀ ਬਣ ਗਈ ਹੈ ਹੁਣ? ਉਹਨਾਂ ਬਾਗ ਲਾਇਆ ਸੀ ਬਾਗ ਜੀ ਜੀ, ਐਦਾ ਨਾਰਾਂ ਦਾ, ਦੀਬੂਆਂ ਦਾ, ਹਾਂਜੀ, ਮਾਲਟਿਆਂ ਦਾ, ਹਾਂਜੀ, ਸੰਤਰਿਆਂ ਦਾ. ਸਰਦਾਰ ਬੂਟਾ ਸਿੰਘ ਨੇ ਲਾਇਆ ਸੀ? ਅੱਛਾ ਅੱਛਾ. ਤੇ ਉਹਦੇ ਤੇ ਸਭ ਲੋਕ ਖਾਂਦੇ ਸੀ ਫਲ ਫਰੂਟ? ਹਾਂ. ਤੇ ਜਿਹੜੇ ਜੰਗੀਰ ਸਿੰਘ ਹੈ ਇਹ ਇਹਨਾਂ ਨੂੰ ਤੁਸੀਂ ਆਪਣੀ ਹੋਸ਼ 'ਚ ਦੇਖਿਆ? ਹਾਂ, ਆਪਣੀ ਹੋਸ਼ 'ਚ. ਅਗਲੇ ਦਿਨ ਬਾਗ ਪਟੀਚਾ ਉਹਨਾਂ ਦਾ ਗਿਆ ਤੇ ਮਗਰੋਂ ਪਟੀਚੇ ਨੇ. ਅੱਛਾ, ਇਹਨਾਂ ਦਾ ਬਾਗ ਇਹਨਾਂ ਦੇ ਬੂਟੇ ਲਾਏ ਬੰਨਿਆ ਤੇ. ਸਹੀ, ਵਿਚਾਰ ਪਾਓ ਉਹਨੇ ਧਰ ਤੇ ਖਾਓ. ਅੱਛਾ, ਤੇ ਤੁਸੀਂ ਦੱਸ ਰਹੇ ਸੀ ਕਿ ਵੀ ਇਹਨਾਂ ਦੀ ਜ਼ਮੀਨ ਸੀ ਔਰ ਗਰੀਬਾਂ ਦਾ ਬਹੁਤ ਖਿਆਲ ਰੱਖਦੇ ਸਨ ਸਿੱਧੂ ਫੈਮਿਲੀ ਜਿਹੜੀ ਹੈ ਜੀ. ਹਾਂਜੀ, ਤੇ ਕਿਸ ਤਰ੍ਹਾਂ ਕੋਈ ਕੋਈ ਵਾਕਿਆ ਤੁਹਾਨੂੰ ਯਾਦ ਹੈ ਉਹਨਾਂ ਦਾ? ਕਿਹੜਾ ਉਹਨਾਂ ਦਾ ਜਿਹੜਾ ਤੁਸੀਂ ਦੱਸਦੇ ਹੋ ਕਿ ਵੀ ਉਹ ਮਾੜੇ ਬੰਦੇ ਜਿਹੜੇ ਸਨ? ਮਾੜੇ ਬੰਦੇ ਤਾਂ ਬੜੇ ਹੱਥ ਰੱਖਦੇ ਸੀ, ਤੇ ਦੱਸਿਆ ਬੜਾ ਹੀ ਹੱਥ ਰੱਖਦੇ ਸੀ. ਅੱਛਾ 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 ਅੱਛਾ, ਮਾੜੇ ਬੰਦੇ ਤੇ ਹੱਥ ਰੱਖਦੇ ਸਨ ਬਹੁਤ ਜ਼ਿਆਦਾ, ਬਹੁਤ ਅੱਛੇ ਵਰਤਾਅ ਸੀ ਉਹਨਾਂ ਦੇ. ਅਤੇ ਕੀ ਤੁਸੀਂ ਕੀ ਦੱਸਦੇ ਹੋ ਕਿ ਵੀ 47 ਤੋਂ ਪਹਿਲੇ ਆਪਸ ਦੇ ਵਿੱਚ ਕੋਈ ਨਾਰਾਜ਼ਗੀ ਕੋਈ? ਯਾਰ ਨਹੀਂ ਆਉਂਦਾ? ਅੱਛਾ ਜੀ, ਤੁਸੀਂ ਮੈਨੂੰ ਦੱਸੋ ਕਿ ਵੀ ਜਿਹੜਾ ਕੋਈ ਤੁਸੀਂ ਦੱਸਿਆ ਕਿ ਕੋਈ ਨਾਰਾਜ਼ਗੀ ਨਹੀਂ ਸੀ ਕੋਈ ਕਿਸੇ ਦੇ ਨਾਲ, ਉਹ ਸੁੱਖ ਅਮਨ ਦੇ ਨਾਲ ਸਾਰੇ ਇੱਥੋਂ ਗਏ ਨੇ? ਬਿਲਕੁਲ ਬਿਲਕੁਲ. ਤੁਹਾਨੂੰ ਯਾਦ ਹੈ ਜਦੋਂ ਇੱਥੋਂ ਟਰੱਕ ਆਏ ਔਰ ਸਾਰਿਆਂ ਨੂੰ ਲੈ ਕੇ ਗਏ? ਹਾਂ ਬਿਲਕੁਲ. ਤੁਸੀਂ ਸਮਾਨ ਹਾਂਜੀ ਲੈ ਤੇ
ਤੇ ਤੋੜ ਬਾਰਡਰ ਤੇ ਛੱਡ ਦਿਆ। ਸਹੀ ਹੈ। ਇਹ ਤੁਸੀਂ ਦੱਸ ਦਿਓ ਕਿ 10-12 ਮਰਬੇ ਜ਼ਮੀਨ ਸੀ ਇਹਨਾਂ ਦੀ ਇੱਥੋਂ, ਚੰਗੇ ਚੋਖੇ ਸਨ। ਇੱਥੇ 12 ਪਿੰਡਾਂ ਦੇ ਸਾਰੇ ਇੱਥੇ ਇਕੱਠੇ ਹੋਏ ਸਨ। ਅੱਛਾ, ਫਿਰ ਇਹ ਲੈ ਕੇ ਟੁਰਿਆ। ਮਤਲਬ ਕਿ ਜਗੀਰ ਸਿੰਘ ਜੀ ਜਿਹੜੇ ਨੇ ਇਹ 12 ਪਿੰਡਾਂ ਦੇ ਲੋਕਾਂ ਨੂੰ ਲੈ ਕੇ ਤੇ ਬੱਲੇ ਵੀ ਬੱਲੇ, ਕੋਈ ਕਿਸੇ ਦਾ ਵਾਧਾ ਘਾਟਾ ਨਹੀਂ ਹੋਇਆ, ਕੋਈ ਵਾਧਾ ਘਾਟਾ ਨਹੀਂ, ਸਭ ਬਿਲਕੁਲ। ਅੱਛਾ, ਉਸ ਤੋਂ ਬਾਅਦ 47 ਤੋਂ ਬਾਅਦ ਜਿਹੜੇ ਇਹ ਲੋਕ ਗਏ ਸਨ ਉਹਨਾਂ 'ਚੋਂ ਕੋਈ ਆਇਆ ਵਾਪਸ? ਆਇਆ ਸੀ ਜਗੀਰ ਸਿੰਘ। ਅੱਛਾ, ਇੱਕ ਟਿੱਬੀ ਦਿਆਲ ਸਿੰਘ ਤੋਂ ਆਇਆ ਸੀ। ਅੱਛਾ ਜੀ ਜੀ, ਉਹ ਆਪਣਾ ਘਰ ਦੇਖ ਕੇ ਗਿਆ ਫਿਰ? ਆਪਣਾ ਘਰ ਵੇਖ ਕੇ ਗਿਆ। ਤੁਹਾਡੇ ਬਚਪਨ ਦੇ ਵਿਚ ਕੋਈ ਤੁਹਾਡਾ ਜਿਹੜਾ ਦੋਸਤ ਸਨ, ਤੁਹਾਡੇ ਬਚਪਨ ਦੇ ਜਿਹੜੇ ਬੇਲੀ ਹੁੰਦੇ ਨੇ ਬੰਦੇ ਦੇ, ਬਚਪਨ ਦੇ ਬੇਲੀ, ਬੇਲੀ, ਹਾਂ, ਤੁਹਾਡੇ ਬੇਲੀ ਕਿਹੜੇ ਕਿਹੜੇ ਸਨ? ਮੇਰੇ, ਹਾਂ, ਮੇਰੇ ਬਚਪਨ ਦੇ ਬੇਲੀ ਹੈਗੇ ਸਨ, ਇੱਥੇ ਹੈਗਾ ਸੀ ਆਪਣਾ ਰਾਮਾ, ਉਹਨਾਂ ਦੁਕਾਨ ਪਾਈ ਸੀ ਪਰਚੂਨ ਦੀ। ਠੀਕ ਹੈ, ਹੋਰ? ਹੋਰ ਬਸ ਨਹੀਂ, ਇੱਧਰ ਮੈਂ ਘੱਟ ਹੀ ਆਉਂਦਾ ਜਾਂਦਾ ਸਾਂ। ਅੱਛਾ, ਘੱਟ। ਉਹ ਉੱਥੇ ਸਾਡੇ ਗੁਆਂਢ ਹੀ ਪਾਈ ਸਾਨੂੰ ਦੁਕਾਨ, ਅਤੇ ਯਾਦ ਆਉਂਦਾ ਰਾਮਾ ਕੇਸਰ ਦਾ ਹੁੰਦਾ ਪਿਓ ਸੀ, ਕੇਸਰ ਹੁੰਦੇ, ਕੇਸਰ ਸਿੰਘ। ਹਾਂ, ਅਤੇ ਮੈਨੂੰ ਇਹ ਦੱਸੋ ਕਿ ਯਾਦ ਆਉਂਦਾ ਕਦੀ ਹੁਣ ਰਾਮਾ ਜੀ, ਬਚਪਨ ਦਾ ਯਾਰ ਯਾਦ ਆਉਂਦਾ? ਮੈਂ ਕਿਹਾ ਪੜ੍ਹਾਉਣੀ। ਹਾਂ ਬਿਲਕੁਲ, ਕੋਈ ਵਾਕਿਆ ਯਾਦ ਹੈ ਕਿ ਉਹਦੇ ਨਾਲ ਕੋਈ ਗੁਜ਼ਾਰਿਆ ਵਕਤ ਜਿਹੜਾ ਤੁਸੀਂ? ਵਕਤ ਜਿਹੜਾ ਵੀ ਗੁਜ਼ਾਰਿਆ, ਜਿਹਦਾ ਚਿਰ ਰਹਿਣਾ ਸੋਹਣਾ ਗੁਜ਼ਰਿਆ। ਸਹੀ, ਕੋਈ ਲੜਾਈ ਬਲਾ। ਅੱਛਾ, ਮੈਨੂੰ ਇਹ ਦੱਸੋ, ਪਿੰਡ ਦੇ ਵਿੱਚ ਤੁਸੀਂ ਦੱਸਿਆ ਕਿ ਗੁਰਦੁਆਰਾ ਵੀ ਸੀ, ਸਕੂਲ ਵੀ ਸੀ, ਠੀਕ ਹੈ, ਕਿਸੇ 'ਤੇ ਕੋਈ ਪਾਬੰਦੀ ਤਾਂ ਨਹੀਂ ਸੀ ਕਿ ਫਲਾਣੇ ਨੂੰ ਮਿਲੋ ਫਲਾਣੇ ਨੂੰ ਨਾ ਮਿਲੋ? ਨਾ, ਕੋਈ ਪਾਬੰਦੀ ਨਹੀਂ ਸੀ। ਅੱਛਾ, ਤੁਸੀਂ ਇੱਕ ਵਾਕਿਆ ਸੁਣਾਇਆ ਜਿਹੜਾ ਉਹ ਸਬਜ਼ੀ ਵਾਲਾ, ਉਹ ਦੱਸੋ ਜਿਹੜਾ ਸਰਦਾਰ ਨੇ ਸਬਜ਼ੀ ਲਾਈ ਹੁੰਦੀ ਸੀ। ਉਹ ਮਤਲਬ ਉਹ ਸਰਦਾਰ ਨੇ ਸਬਜ਼ੀ ਲਾਈ ਅਤੇ ਉਹਨੇ ਨਾ ਬਾਗ ਦੇ ਵਿੱਚ ਹੀ ਲਾਈ ਸੀ। ਹਾਂਜੀ, ਮੂਲੀਆਂ ਜੋ ਜੇ ਰੋਤੋ ਵੀ ਉਹ ਜੀ ਸਬਜ਼ੀ ਉਹਨੇ ਲਾਉਣੀ। ਹਾਂਜੀ, ਜਿਹੜੇ ਪੇਸ਼ੀ ਹੋ ਜਾਣੀ ਅਤੇ ਦੀਗਰ ਤੋਂ ਪਹਿਲੇ ਉਹਨੇ ਟੋਕਰੀ 'ਚ ਪਵਾ ਅਤੇ ਮਾੜਿਆ ਘਰਾਂ 'ਚ ਦਿੰਦਿਆਂ ਫਿਰਨਾ ਆਂਡੀ ਆਂਡੀ ਦੀ। ਅਤੇ ਕਿਸੇ ਸਰਦਾਰ ਪੁੱਛ ਲਿਆ, ਸਰਦਾਰ ਜੀ ਮੈਨੂੰ ਵੀ ਦੇ, ਉਹਨੇ ਦੇ ਦੇਣੀ, ਉਹਨੇ ਆਖਣਾ ਵੀ ਤੇਰੀ ਪਹਿਲੀ ਕੋਣੀ ਕਿ ਪਾਣੀ ਕੋਣੀ। ਮਤਲਬ ਕਿ ਤੂੰ ਚੰਗਾ ਭਲਾ ਖਾਂਦਾ ਪੀਂਦਾ ਅਤੇ ਤੂੰ ਮੰਗਣਾ ਫਿਰ ਵੀ ਸਬਜ਼ੀ, ਇਹ ਤਾਂ ਮੈਂ ਮਾੜੇ ਬੰਦਿਆਂ ਨੂੰ ਪਾ ਦੇਣਾ। ਬੱਲੇ ਵੀ ਬੱਲੇ, ਯਾਨੀ ਕਿ ਦੱਸਿਆ ਜਾ ਰਿਹਾ ਕਿ ਇੱਕ ਦੂਜੇ ਦਾ ਇੰਨਾ ਖਿਆਲ ਕੀਤਾ ਜਾਂਦਾ ਸੀ ਕਿ ਇਹ ਨਹੀਂ ਸੀ ਦੇਖਿਆ ਜਾਂਦਾ ਕਿ ਕੋਈ ਮੁਸਲਮਾਨ ਹੈ ਜਾਂ ਸਿੱਖ ਹੈ ਜਾਂ ਹਿੰਦੂ ਹੈ। ਉਹਨਾਂ ਨੂੰ ਆਪਸ ਦੇ 'ਚ ਇੰਨਾ ਪਿਆਰ ਸੀ ਕਿ ਅਗਰ ਇੱਕ ਸਿੱਖ ਨੇ ਸਬਜ਼ੀ ਲਾਈ ਹੈ ਉਹਦੀ ਸਬਜ਼ੀ ਤਿਆਰ ਹੈ, ਅਤੇ ਮਾੜਾ ਅਗਰ ਕੋਈ ਪਿੰਡ 'ਚ ਮੁਸਲਮਾਨ ਵੀ ਹੈ ਅਤੇ ਉਹਨੂੰ ਵੀ ਸਬਜ਼ੀ ਦਿੱਤੀ ਜਾਂਦੀ ਸੀ। ਬਿਲਕੁਲ, ਨਾ ਕਿ ਉਹਦੇ ਤੋਂ ਨਫ਼ਰਤ ਕੀਤੀ ਜਾਏ ਜਾਂ ਨਾ ਉਹਨੂੰ ਕਿਹਾ ਜਾਏ ਕਿ ਵੀ ਇਹ ਸਿੱਖ ਹੈ ਜਾਂ ਮੁਸਲਮਾਨ ਹੈ। ਬਿਲਕੁਲ, ਬਹੁਤ ਵੱਡੀ ਗੱਲ ਹੈ। ਦੇਖੋ ਜੀ, ਇੱਕ ਵਾਰੀ ਫਿਰ ਸਿੱਖ ਮੁਸਲਿਮ ਏਕਤਾ ਦੀ ਗੱਲ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ, ਸਿੱਖ ਮੁਸਲਿਮ ਫਰੈਂਡਸ਼ਿਪ ਮਿਸ਼ਨ ਸਾਹਮਣੇ ਆ ਰਿਹਾ ਕਿ 47 ਤੋਂ ਪਹਿਲੇ ਵੀ ਇਸ ਇਲਾਕੇ ਦੇ ਵਿੱਚ ਸਿੱਖਾਂ ਔਰ ਮੁਸਲਮਾਨਾਂ ਦਾ ਕੋਈ ਕਿਸੇ ਕਿਸਮ ਦਾ ਇਸ਼ੂ ਨਹੀਂ ਸੀ। ਬੜਾ ਪਿਆਰ ਸੀ। ਅਤੇ ਜਦੋਂ ਇੱਥੋਂ ਗਏ ਨੇ ਸਰਦਾਰ ਜਗੀਰ ਸਿੰਘ, ਅਤੇ ਕੀ ਤੁਸੀਂ ਦੇਖਿਆ ਉਸ ਵੇਲੇ ਕਿ ਵੀ ਉਹਨਾਂ ਨੂੰ, ਤੁਸੀਂ ਕਹਿ ਰਹੇ ਹੋ ਕਿ ਨਹੀਂ ਸੀ ਪਤਾ ਕਿ ਵੀ ਇਹ ਸਾਰਾ ਕੁਛ ਹੋ ਜਾਣਾ? ਉਹਨਾਂ ਨੂੰ ਪਤਾ ਨਹੀਂ ਸੀ, ਜੇ ਪਤਾ ਹੁੰਦਾ ਬਈ ਆਹ ਕੁਛ ਹੋ ਜਾਣਾ ਤੇ ਉਹਨਾਂ ਮਤਬਲ ਜਾਣਾ ਨਹੀਂ ਸੀ, ਮੁਸਲਮਾਨ ਹੋ ਜਾਣਾ ਸੀ। ਆਗਲ ਯਾਰ ਘਾਟਾ ਹੋ ਗਿਆ ਸਾਨੂੰ ਵਡੀਕਦਿਆਂ ਨੂੰ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਤੁਸੀਂ ਦੇਖ ਰਹੇ ਹੋ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ।